ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਆ? ਅੱਜ ਆਪਾਂ ਗੱਲ ਕਰਦੇ ਹਾਂ ਕੱਦੂ ਦੀਆਂ ਬੱਲਾਂ ਬਾਰੇ। ਤੁਸੀਂ ਵੇਖ ਸਕਦੇ ਹਾਂ ਜਿਵੇਂ ਆਹ ਫਲ ਵੀ ਸੜ ਗਿਆ ਨਾ, ਵੀ ਡਿੱਗ ਪੈਂਦੇ, ਫੁੱਲ ਵੀ ਝੜ ਜਾਂਦੇ, ਉਹਦੇ ਲਈ ਕੀ ਕਰਨਾ? ਆਪਾਂ 200 ਗ੍ਰਾਮ ਸਰ੍ਹੋਂ ਦੀ ਖਲ 2 ਲੀਟਰ ਪਾਣੀ ਦੇ ਵਿੱਚ ਘੋਲ ਕੇ 24 ਘੰਟੇ ਰੱਖਣੀ ਆ। ਉਦੋਂ ਬਾਅਦ ਪਾ ਦੇਣੀ ਆ, ਵਿੱਚ ਲੱਸੀ ਵੀ ਐਡ ਕਰ ਸਕਦੇ ਹਾਂ ਆਪਾਂ ਜਾਂ ਚਾਹ ਪੱਤੀ। ਅਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਸੀ ਇਹ ਤਰੀਕਾ ਵਰਤਿਆ ਸੀਗਾ। ਆਹ ਵੇਖੋ, ਫਲ ਲੱਗਣਾ ਸ਼ੁਰੂ ਹੋ ਗਿਆ। ਤੁਸੀਂ ਵਰਤ ਕੇ ਵੇਖਿਓ, 7-8 ਦਿਨਾਂ 'ਚ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜੂਗਾ। ਕਿਸੇ ਵੀ ਫਲਦਾਰ ਪੌਦੇ ਨੂੰ ਵੀ ਪਾ ਸਕਦੇ ਹਾਂ ਆਪਾਂ ਇਹ। ਹਾਂ ਦੇਖੋ, ਵੱਧ ਤੋਂ ਵੱਧ ਇਹਨੂੰ ਫਲ ਪੈਣਾ ਸ਼ੁਰੂ ਹੋ ਗਿਆ। ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰੋ। ਧੰਨਵਾਦ।